ਆ ਸਾਰੇ ਵਕੀਲ ਖੜੇ ਨੇ ਜੀ ਇੱਥੇ ਤੇ ਆਹ ਦੇਖੋ ਆਹ ਪਰੋਸਿਆ ਜਾ ਰਿਹਾ ਸੀ ਆਹ ਸ਼ਾਮ ਨੂੰ ਇੱਥੇ ਆਪਣੇ ਵਕੀਲ ਭਰਾਵਾਂ ਨੂੰ ਸਲਾਦ ਬਣਾ ਕੇ ਪਰੋਸੀ ਜਾਂਦੀ ਹੈ ਇੱਕ ਮਿੰਟ ਬਾਅਦ ਚੋਂ ਕੱਢਦੇ ਆ ਆਹ ਆਹ ਤੇਲ ਦੇਖੋ ਜੀ ਆਹ ਤੇਲ ਦੀ ਕੰਡੀਸ਼ਨ ਹੈ ਕਿਹੜੇ ਸਨ 47 ਦਾ ਇਹ ਕਾਲਾ ਤੇਲ ਇਹੀ ਉਹ ਵਰਤਦਾ ਜਾ ਰਿਹਾ ਆਹ ਦੇਖੋ ਇਹਦੇ ਚ ਸਟੋਰ ਕਰਕੇ ਰੱਖਦਾ ਮਹੀਨਾ ਮਹੀਨਾ ਇਹਦੇ ਚੋ ਹੀ ਇਹ ਤੇਲ ਚੱਲਦਾ ਇਹਦੇ ਚ ਸਟੋਰ ਹੁੰਦਾ ਇਹਦੇ ਚ ਵਰਤਿਆ ਜਾਂਦਾ ਇਹ ਪਕੌੜੇ ਇਸ ਤੇਲ ਦੇ ਪਕੌੜੇ ਆ ਟਮਾਟਰਾਂ ਤੇ ਨਿਗਾਹ ਮਾਰੀ ਜਾਵੇ ਟਮਾਟਰ ਦੇਖੋ ਕਿੰਨੇ ਗਲੇ ਹੋਏ ਨੇ ਕਿੰਨੇ ਬੁਰੇ ਹਾਲਾਤ ਨੇ ਆ ਘਿਓ ਨੂੰ ਉੱਲੀ ਲੱਗੀ ਪਈ ਆ ਦੇਖੋ ਘਿਓ ਦੇ ਹਾਲਾਤ ਆ ਘਿਓ ਇੱਥੇ ਵਕੀਲਾਂ ਨੂੰ ਪਰੋਸਿਆ ਜਾ ਰਿਹਾ ਸੀ ਉੱਲੀ ਲੱਗੀ ਬਕਾਇਦੇ ਐਕਸਪਾਇਰੀ ਡੇਟ ਦੇ ਟੋਸਟ ਤੇ ਬ੍ਰੈਡ ਆ ਵਰਤੇ ਜਾਂਦੇ ਨੇ ਆ ਦੇਖੋ ਆ ਉੱਲੀ ਲੱਗੀ ਹੋਈ ਆ ਠੀਕ ਆ ਅੰਦਰ ਅੰਦਰ ਲੈ ਕੇ ਚੱਲਦਾ ਜੀ ਤੁਹਾਨੂੰ ਅੰਦਰ ਇੱਥੇ ਬਾਥਰੂਮ ਦੇ ਵਿੱਚ ਉਹ ਸੀਟਸ ਨੇ ਜੀ ਦੇਖੋ ਸ਼ੂ ਪੋਟਸ ਨੇ ਤੇ ਆਹ ਤੁਹਾਡੇ ਪਕੌੜੇ ਪਏ ਨੇ ਆਹ ਤੁਹਾਡੀਆਂ ਸਬਜ਼ੀਆਂ ਪਈਆਂ ਨੇ ਠੀਕ ਹੈ ਜੀ ਆਹ ਦੇਖ ਲਓ ਇਹ ਸਾਰਾ ਨਾਲੇ ਪਿਸ਼ਾਬ ਕਰੀ ਜਾਂਦੇ ਨੇ ਨਾਲੇ ਵਕੀਲਾਂ ਨੂੰ ਆਹ ਸਮਾਨ ਖਵਾ ਰਹੇ ਨੇ ਤੇ ਇੱਥੇ ਆਹ ਸਟੋਰ ਰੂਮ ਸੀਗਾ ਸਮਾਨ ਵਿੱਚੋਂ ਬਾਹਰ ਕੱਢਿਆ ਆਹ ਬੁਰੇ ਹਾਲਾਤ ਦੇ ਵਿੱਚ ਆਹ ਸਟੋਰ ਰੂਮ ਹੈ ਜੀ ਇਹ ਬਾਥਰੂਮ ਹੈ ਐਕਚੁਅਲ ਚ ਕੋਰਟ ਕੰਪਲੈਕਸ ਦੇ ਬਾਥਰੂਮ ਨੇ ਇਹ ਜਿਨ੍ਹਾਂ ਨੂੰ ਕਨਵਰਟ ਕਰਕੇ ਇਹ ਬਣਾਇਆ ਗਿਆ ਇਹਨਾਂ ਨੇ ਆਪਣਾ ਸਟੋਰ ਰੂਮ ਬਣਾਇਆ ਐਂਕਰੋਚਮੈਂਟ ਹੈ ਇਹ ਪਬਲਿਕ ਟਾਇਲਟਸ ਨੇ ਪਬਲਿਕ ਟਾਇਲਟਸ ਇੱਕ ਪਾਸੇ ਅਸੀਂ ਸਵੱਛ ਭਾਰਤ ਦੀ ਗੱਲ ਕਰਦੇ ਹਾਂ ਇੱਕ ਪਾਸੇ ਪਬਲਿਕ ਟਾਇਲਟਸ ਨੂੰ ਏਦਾਂ ਧੱਕਾ ਕਰਦੇ ਹਾਂ ਉਹ ਵੀ ਕਚਹਿਰੀ ਦੇ ਵਿੱਚ ਆਹ ਦੇਖੋ ਐਕਸਪਾਇਰ ਡੇਟ ਤੇਲ ਨੇ ਜੀ ਇਹ 2016 ਚ ਐਕਸਪਾਇਰ ਕਰ ਗਿਆ ਛੇ ਮਹੀਨੇ ਦੇ ਅੰਦਰ ਵਰਤਣ ਆਉਂਦਾ ਆਹ ਬ੍ਰੈਡ ਹੈ ਜੀ ਆਹ ਬ੍ਰੈਡ ਦੇਖ ਲੋ ਉੱਲੀ ਲੱਗੀ ਨਜ਼ਰ ਆਉਂਦੀ ਹੈ ਆਹ ਵੀ ਖੋਲ ਕੇ ਪਾ ਦਿਓ ਆਹ ਦੇਖੋ ਆਹ ਬ੍ਰੈਡ ਹੈ ਇਹ ਹਰਾ ਹਰਾ ਮੈਂ ਤਾਂ ਮੇਰੇ ਹਿਸਾਬ ਨਾਲ ਉੱਲੀ ਹੈ ਆਹ ਨਾਲੀਆਂ ਦੇ ਵਿੱਚ ਹੀ ਤੁਸੀਂ ਇੱਥੋਂ ਹੀ ਨਾਲੇ ਪਾਣੀ ਭਰਦਾ ਚਲੋ ਬਾਈ।